ਸ਼ਮਾਦਾਨ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਜਸਪ੍ਰੀਤ ਸਿੰਘ ਹਾਜ਼ਰ ਹਾਂ ਜੀ ਬਠਿੰਡਾ ਸਟੂਡੀਓ ਤੋਂ ਲਾਈਵ, ਅਤੇ ਸਾਡੇ ਨਾਲ ਇਸ ਵਕਤ ਔਨਲਾਈਨ ਦੇ ਜ਼ਰੀਏ ਸ਼ਿਵਿੰਦਰ ਜੀ ਜੁੜ ਚੁੱਕੇ ਨੇ, ਅਤੇ ਉਹਨਾਂ ਨਾਲ ਅਸੀਂ ਬਹੁਤ ਅੱਜ ਖਾਸ ਖਬਰਾਂ ਨੇੜੀਆਂ, ਬਹੁਤ ਕੁਝ ਅਹਿਮ ਹੋਇਆ ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ, ਉਹਨਾਂ ਸਾਰਿਆਂ ਵਿਸ਼ਿਆਂ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜਸਪ੍ਰੀਤ ਜੀ ਮਿਹਰਬਾਨੀ ਜੀ। ਜੀ 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 ਸ਼ਿਵਿੰਦਰ ਜੀ, ਸੋ ਖਬਰਾਂ ਅੱਜ ਦੀਆਂ ਬਹੁਤ ਨੇ, ਅਤੇ ਪਹਿਲੀ ਜਿਹੜੀ ਆਪਾਂ ਖਬਰ ਲੈਣੀ ਚਾਹਾਂਗੇ ਜੀ, ਕਾਫੀ ਅਖਬਾਰਾਂ ਦੀ ਅੱਜ ਸੁਰਖੀ ਬਣੀ ਹੋਈ ਹੈ, ਉਹ ਹੈ ਜੀ ਯਾਸੀਨ ਮਲਿਕ। ਉਹਨੂੰ ਉਮਰ ਕੈਦ ਦਾ ਐਲਾਨ ਹੋਇਆ, ਰੌਲਾ ਫਾਂਸੀ ਦਾ ਵੀ ਹੋ ਰਿਹਾ ਸੀਗਾ, ਪਰ ਪਤਾ ਸੀ ਕਿ ਹਾਲਾਤ ਵੀ ਵਿਗੜ ਜਾਣਗੇ, ਕੁਛ ਬਾਕੀ ਜੋ ਕਾਨੂੰਨੀ ਆਪਣੇ ਪ੍ਰਕਿਰਿਆਵਾਂ ਨੇ ਉਸ 'ਤੇ ਹੋਏ ਚੱਲਦੇ ਹੋਏ ਹੁਣ ਉਸਨੂੰ ਉਮਰ ਕੈਦ ਜਿਹੜੀ ਐਲਾਨੀ ਗਈ ਹੈ, ਸੋ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਯਾਸੀਨ ਮਲਿਕ ਇੱਕ ਪੋਲੀਟੀਕਲ ਐਕਟਿਵਿਸਟ ਹੈ, ਤੇ ਇੱਕ ਭਾਰਤ ਦੇ ਸਰਕਾਰ ਦੇ ਅਕੋਰਡਿੰਗ ਉਹ ਇੱਕ ਵੱਖਵਾਦੀ ਨੇਤਾ ਹੈਗਾ, ਤੇ ਉਹਦੇ ਉੱਤੇ ਕਸ਼ਮੀਰੀ ਵੱਖਵਾਦੀ ਆਗੂ ਹੈ, ਦਹਿਸ਼ਤਗਰਦੀ ਸੰਬੰਧੀ ਫੰਡਿੰਗ ਕੇਸ ਦਾ ਮਾਮਲਾ ਸੀਗਾ। ਇਹਦੇ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਨੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਹੈ, ਜਿਹਨੂੰ ਆਪਾਂ UAPA ਕਹਿੰਦੇ ਹਾਂ, ਖਿਲਾਫ ਜੰਗ ਛੇੜਨ ਵਾਲੀ ਧਾਰਾ ਵਾ ਇਹ, ਉਹਦੇ ਤਹਿਤ ਧਾਰਾ 17 ਜਿਹੜੀ ਕਿ ਦਹਿਸ਼ਤੀ ਕਾਰਵਾਈ ਲਈ ਤੁਸੀਂ ਫੰਡ ਇਕੱਠਾ ਕਰਦੇ ਹੋ, ਇਹਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਦੇ ਨਾਲ ਉਹ ਨਾਲ ਚੱਲਣਗੀਆਂ, ਤੇ ਦਹਿਸ਼ਤੀ ਫੰਡਿੰਗ ਕੇਸ ਦੇ ਵਿੱਚ ਸਜ਼ਾ ਦਾ ਐਲਾਨ ਪਟਿਆਲਾ ਹਾਊਸ ਦੇ ਵਿੱਚ ਕੱਲ ਕੀਤਾ ਗਿਆ, ਤੇ ਦੱਸਿਆ ਜਾ ਰਿਹਾ ਕਿ ਕੇਸ ਦੀ ਜਿਹੜੀ ਸੁਣਵਾਈ ਦੌਰਾਨ ਯਾਸੀਨ ਨੇ ਅਦਾਲਤ ਵਿੱਚ ਕਿਹਾ ਕਿ ਮੈਂ ਕਿਸੇ ਵੀ ਦੋਸ਼ ਲਈ ਮਾਫ਼ੀ ਨਹੀਂ ਮੰਗਾਂਗਾ, ਕਿਉਂਕਿ ਕੇਸ ਦੇ ਵਿੱਚ ਅਦਾਲਤ ਸਾਹਮਣੇ ਹੈ ਤੇ ਮੈਂ ਫੈਸਲਾ ਉਹਦੇ ਤੇ ਛੱਡਦਾ ਜੇਕਰ ਮੈਂ ਪਿਛਲੇ 28 ਸਾਲਾਂ ਦੇ ਵਿੱਚ ਕਿਸੇ ਵੀ ਦਹਿਸ਼ਤਗਰਦੀ ਸਰਗਰਮੀ ਜਾਂ ਹਿੰਸਾ ਦੇ ਵਿੱਚ ਸ਼ਾਮਿਲ ਹਾਂ, ਅਤੇ ਜੇਕਰ ਭਾਰਤੀ ਇੰਟੈਲੀਜੈਂਸ ਇਹ ਸਾਬਤ ਕਰ ਦਿੰਦੀ ਆ ਤਾਂ ਮੈਂ ਸਿਆਸਤ ਛੱਡ ਦਿਆਂਗਾ, ਤੇ ਮੈਂ ਫਾਂਸੀ ਵੀ ਸਵੀਕਾਰ ਕਰ ਲਵਾਂਗਾ। ਮੈਂ 7 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈਗਾ, ਤੇ ਕੌਮੀ ਜਾਂਚ ਏਜੰਸੀ NIA ਦੀ ਸੁਣਵਾਈ ਦੌਰਾਨ ਜਿਹੜਾ ਅਦਾਲਤ ਨੂੰ ਇਹ ਦੱਸਿਆ ਗਿਆ ਸੀਗਾ, ਤੇ ਦੂਜੇ ਪਾਸੇ ਜਿਹੜਾ ਕਸ਼ਮੀਰ ਦੇ ਵਿੱਚ BJP ਦੇ ਆਗੂਆਂ ਦਾ ਕਹਿਣਾ ਕਿ ਉਹ ਸਜ਼ਾ ਦਾ ਹੱਕਦਾਰ ਹੈ, ਇੱਧਰ 3 ਪਾਰਟੀਆਂ ਤੋਂ ਲਗਭਗ ਇਹ ਸੁਰਖੀਆਂ ਦੇ ਵਿੱਚ ਸੀਗਾ, ਕਿਉਂਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਲਿਬਰੇਸ਼ਨ ਫਰੰਟ ਦਾ ਮੁਖੀ ਵੀ ਰਿਹਾ ਹੈ, ਤੇ 3 ਪਾਰਟੀਆਂ ਤੋਂ ਵੱਖ ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਵੀ ਰਿਹਾ, ਪਾਕਿਸਤਾਨ ਨਾਲ ਸੰਬੰਧਾਂ ਰਾਖੀ ਵਿੱਚ ਅਚਲ ਰਿਹਾ, ਇੱਥੋਂ ਤੱਕ ਕਿ ਭਾਰਤ ਦੀ ਸਰਕਾਰ ਵੱਲੋਂ ਜਾਂ ਫੌਜ ਵੱਲੋਂ ਜੋ ਕਸ਼ਮੀਰ ਦੇ ਵਿੱਚ ਉੱਥੇ ਤਸ਼ੱਦਦ ਹੁੰਦਾ ਉਹਦੇ ਵਿਰੁੱਧ ਆਵਾਜ਼ ਵੀ ਉਠਾਉਂਦਾ ਰਿਹਾ, ਜਦਕਿ ਜਿਹੜਾ ਗੁਪਤਾਰ ਗਠਜੋੜ ਦਾ ਕਹਿਣਾ ਕਿ ਯਾਸੀਨ ਮਲਿਕ ਨੂੰ ਉਮਰ ਕੈਦ ਸ਼ਾਂਤੀ ਯਤਨਾਂ ਨੂੰ ਝਟਕਾ ਹੈਗਾ। ਗੁਪਤਾਰ ਗਠਜੋੜ ਕਈ ਸਾਰੇ ਗਠਜੋੜਾਂ ਨੂੰ ਮਿਲਾ ਕੇ ਜਿਹੜੇ ਉੱਥੇ ਲੋਕੀ ਗਠਜੋੜ ਦੇ ਉਹਦਾ ਬਣਿਆ ਹੋਇਆ ਹੈਗਾ, ਖਾਸ ਕਰਕੇ ਕਾਫੀ ਲਿਬਰਲ ਵੀ ਹੈਗਾ, ਲਚਕੀਲਾ ਇਹ ਹੈਗਾ, ਤੁਸੀਂ ਕਹਿ ਸਕਦੇ ਹੋ ਵੀ ਇੱਕ BJP ਵਾਂਗੂ ਜਾਂ ਦਹਿਸ਼ਤਗਰਦਾਂ ਵਾਂਗੂ ਜਿਹੜੀ ਹਾਰਡ ਸੋਚ ਹੈ ਉਹਦੇ ਨਾਲੋਂ ਇੱਕ ਅਲੱਗ ਤਰ੍ਹਾਂ ਦੀ ਸੋਚ ਰੱਖਣ ਵਾਲਾ ਗਰੁੱਪ ਹੈ। ਇਹਦੇ ਵਿੱਚ PDP ਦੇ ਨੈਸ਼ਨਲ ਕਾਨਫਰੰਸ ਤੇ CPM ਦੇ ਵਿੱਚ ਨੇਤਾ ਵੀ ਸ਼ਾਮਿਲ ਨੇ। ਗੁਪਤਾਰ ਐਲਾਨਾਂ ਬਾਰੇ ਜਿਹੜਾ ਲੋਕਾਂ ਦਾ ਕਹਿਣਾ ਹੈਗਾ ਕਿ ਉਹਨਾਂ ਨੇ ਕਿ ਕਸ਼ਮੀਰੀ ਵੱਖਵਾਦੀ ਆਗੂ ਨੂੰ ਜੋ ਦਹਿਸ਼ਤਗਰਦੀ ਫੰਡਿੰਗ ਦੇ ਤਹਿਤ ਉਮਰ ਕੈਦ ਦੀ ਸਜ਼ਾ ਹੋਈ ਹੈ ਉਹ ਸੁਣਾਏ ਜਾਣ ਦੇ ਕਰਕੇ ਮੰਦਭਾਗਾ ਵਾ, ਕਿਉਂਕਿ ਗਠਜੋੜ ਦਾ ਦੇ ਜਿਹੜੇ ਤਰਜਮਾਨ ਨੇ MY ਤਾਰੀਗਾਮੀ ਉਹ ਕਾਫੀ ਉੱਥੇ ਅਗਾਂਹ ਵਧੂ ਨੇਤਾ ਵੀ ਨੇ, ਜਿਹੜੇ ਗੁਪਕਾਰ ਗਰੁੱਪ ਦੇ ਆਗੂ ਵੀ ਨੇ ਜੋ CPM ਨਾਲ ਸੰਬੰਧਿਤ ਨੇ, ਉਹਨਾਂ ਦਾ ਕਹਿਣਾ ਵਾ ਕਿ ਦਿੱਲੀ ਦੇ ਵਿੱਚ ਦਿੱਲੀ ਕੋਰਟ ਦਾ ਇਹ ਫੈਸਲਾ ਨਾ ਸਿਰਫ ਵਾਦੀ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਢਾਹ ਲਾਏਗਾ ਬਲਕਿ ਬੇਗਾਨਗੀ ਤੇ ਵੱਖਵਾਦੀ ਭਾਵਨਾਵਾਂ ਨੂੰ ਵੀ ਵਾਧਾ ਦੇਵੇਗਾ। ਜੀ ਜੀ ਜੀ, ਅਤੇ ਕਸ਼ਮੀਰ ਦੇ ਹਾਲਾਤ ਵੀ ਥੋੜ੍ਹੇ ਵਿਗੜ ਰਹੇ ਨੇ ਜੀ, ਹਿੰਸਾ ਦੀ ਹੋਣ ਦੀਆਂ ਵੀ ਖਬਰਾਂ ਆ ਰਹੀਆਂ ਨੇ, ਉਹ ਵੀ ਇਸ ਦੇ ਨਾਲ ਦੱਸ ਦਿਓ ਜੀ। ਦੇਖੋ, ਕਸ਼ਮੀਰ ਦੇ ਬਾਰੇ ਜਦੋਂ ਉਹਨਾਂ ਨੇ 12 ਦਿਨ ਤੋਂ ਵਾਅਦਾ ਕੀਤਾ ਸੀਗਾ ਵੀ ਅਸੀਂ ਅੱਤਵਾਦ ਨੂੰ ਜੜੋਂ ਪੁੱਟ ਦਾਂਗੇ, ਹੋਰ ਬੜੇ ਵਾਅਦੇ ਕੀਤੇ ਗਏ ਸੀ, ਪਰ ਇਹ ਸਾਰੇ ਵਾਅਦੇ ਨਾ ਘਰੇ ਘਰ ਆਏ ਰਹਿ ਗਏ, ਇਹ ਸਭ ਹੀਜ ਪਿਆਜ ਨੰਗਾ ਵੀ ਹੋ ਗਿਆ, ਕਿਉਂਕਿ ਉਹਦਾ ਕਾਰਨ ਕੀ ਹੈ ਕਿ ਲਗਾਤਾਰ ਘਟਨਾਵਾਂ ਨੇ ਉਹ ਰੁਕ ਨਹੀਂ ਰਹੀਆਂ। ਇੱਕ TV ਐਕਟਰਸ ਦੀ ਗੋਲੀ ਵੱਜੀ ਹੈ, ਉਹਦੇ ਨਾਲ ਉਹਦਾ ਭਤੀਜਾ ਵੀ ਜ਼ਖਮੀ ਹੋਇਆ, ਤੇ ਕੁਛ ਦਿਨ ਪਹਿਲਾਂ ਸਾਨੂੰ ਪਤਾ ਵੀ ਇੱਕ ਭੱਟ ਨਾਂ ਦੇ ਜਿਹੜੇ ਕਸ਼ਮੀਰੀ ਪੰਡਿਤ ਦੀ ਹੱਤਿਆ ਹੋਈ ਸੀ। ਲਗਾਤਾਰ ਐਕਟੀਵਿਟੀ ਹੋ ਰਹੀ ਹੈ, ਬਲਕਿ ਇੱਥੋਂ ਤੱਕ ਕਸ਼ਮੀਰ ਦੇ ਜਿਹੜੇ
पंडित ने उसे रहने वाले उन्होंने भी गुस्सा भारतीय स्टेट के खिलाफ है क्योंकि उसका कारण की है क्योंकि पिछले जो उन्होंने प्रदर्शन भी किए भारत सरकार के खिलाफ क्योंकि वो इस समय तो हम देखो सीधा जो प्रशासन है वो भारत सरकार के अंदर ही है जो केंद्रीय शासित प्रदेश बना दिता है केंद्रीय शासित बनाया एसपीसीगा भी असि जी इतों अत्तवाद की जड़ पुटेंगे कश्मीर के विकास होगा विकास कुछ नहीं होया उ लगातार जोड़े आम लोगों के बिजनेस डिगे ने आम लोगों जरा जे एक खुली जेल के लिए तब्दील कर दिता गया लोगों मीडिया कर्मी आए सोच रहे हैं जिमें कि वो एक यहोजे तोते के रूप में अपने आप को जरा महसूस कर रहे हैं जिदे जहोजे पंछी ने जिन्होंने जिदे पंख कट दिते गए हो चीजा जी कश्मीर के हो रही ने यह मंदभागिया ने कि दूजी चीज हैगी है कि यह सारे में चलते हुए भारतीय सरकार फेल हुई है उस मामले से जोड़ा इन्हें वादा किया जी जी बिल्कुल जी सो बहुत ही निराशाजनक हालात ने यह सो देख दे कदों तो इन्हों तो मुक्ति मिलती है तो अगली खबर जी आप लेनी चाहवे जी वो हम लेनी चाहवे पाकिस्तान की सो पाकिस्तान के जोड़े उस वक्त पुराने जोड़े अपने प्रधानमंत्री सन उन्होंने तो सरकार नहीं चल सकी सी तो उस तो बाद लगातार उत्थे जोड़े सियासी समीकरण उलझते जा रहे हैं तो हूँ मौजूदा समय की स्थिति देख पा रहे हो जी मौजूदा समय देखो उसे एक चीज खास रही है उसकी सियासत जी इमरान खान के जी एंगल तो गल करनी हो इमरान खान सत्ता में होंदा होया कोई बढ़िया प्रदर्शन ना भी करे लेकिन जो वो सत्ता तो बाहर होंदा एक बढ़िया विरोधी आगू की भूमिका वो निभा हो सू नजर आता तो वो पिछे लोग भी लग जाते हैं लोग मतलब कितने कितने वे खड़े होंगे ने इस चीज सू दिखाई दी है समय समय के उ हुण भी इमरान खान ने एक तरह की जिन्होंने उन्हें अपनी नवी आजादी का नाम दे रहा उन्हें एक मुहिम जी चलाई है उन्हें इकट्ठ किए और इकट्ठा ने पंजाब सूबा जो कि सब तो वड्डा सूबा उसे भरपूर हंगारा मिले ये नाल दी नाल ही उस तो बिना दूजे सूबे भी बहुत सारे नौजवान जुड़ रहे हैं वो पाकिस्तान के विचले जे NRI ने पाकिस्तानी मूल के जे लोग जे बाहर रहते हैं उन्होंने काफी जबरदस्त सपोर्ट इमरान खान के नाल है हुण देखना यह होगा क्योंकि जी मौजूदा हुकूमत चुनी गई है शाहबाज शरीफ वाली यह सवा साल के लिए चुनी गई हैगी है भी की इना टाइम क्योंकि टाइम पीरियड ही इना सी तो बाद कौमी असेंबली की इलेक्शन हो रही है भी की इमरान खान उन्होंने किहड़े मुद्दे उत्ते घेरेगा जां फिर यह भी हो सकता बहुते लोग कह रहे हैं भी असल च मुद्दा इदा भी हो सकता भी जी मौजूदा हुकूमत ही छेती अपने आप को भंग कर दे कह दे भी जनरल बॉडी इलेक्शन जी जनरल इलेक्शन है वो छेती हो जाए जी। अच्छा जी जी सो देखते हैं कदों ये इलेक्शन होंगे ने ते कपिल सिब्बल पक जो कांग्रेस के सन काफ़ी सीनियर आगू सन देश के जोड़े यूनियन मिनिस्टर भी रहे सन बहुत उच्च अहद उत्ते रहे काफ़ी व्डा नाम से उन्होंने पर कांग्रेस तो लगातार वो चल रहे सन निराश तो इस निराशा के चलते हुए हूँ उन्होंने आखिरकार दे दिता जी अस्तीफा पर राज्यसभा की नॉमीनेशन उन्होंने जरूर फाइल करती है तो इस दौरान देखा गया कि समाजवादी पार्टी की सपोर्ट नाल उन्होंने यह जी नॉमीनेशन फाइल की है सो कपिल सिब्बल दे जी आप पूरी राजनीति देखिए तो की कहोगे जी कांग्रेस की यह बड़ी दुख वाली खबर है भी जेडे चोटी के लीडर ने उन्होंने छड़ रहे ने उन्हें तो अलग हो रहे ने हुण मसला सब तो वड्डा तो जस्टिस यही आ जाता कि इहदा एक वड्डा कारण जे आपां देखिए वह यह हैगा कि कांग्रेस पार्टी की जिहड़ी उपर वाली लीडरशिप है ना वो सही अगवाई देने दे ते सही जिम्मेवारी चुकण दे योग नहीं हैगी क्योंकि कांग्रेस की उपरली लीडरशिप नूं गांधी परिवार तो बिना कुछ दींदा नहीं हैगा कुछ दिखाई नहीं दे रहा उही उहनां लई तारणहार है पर वह परिवार अपनी जिम्मेवारी नहीं चुकता हैगा चाहे वह प्रधान जी तुम देखो भी प्रधान भी हाले वो कार्यकारी है सोनिया गांधी राहुल गांधी ने जो 19 की इलेक्शन तो बाद लोकसभा चोणों तो हार तो बाद अस्तीफा दिता तो वह भी जिम्मेवारी चुकने तैयार नहीं तो इस परिवार तो गह बाहर कांग्रेस पार्टी देख नहीं रही कांग्रेस में कई सारे धड़े बने जिद एक V23 ग्रुप है जोड़ा कि चाहता कि कांग्रेस में फेरबदल हो इसे ग्रुप के इसे ग्रुप के ही कपिल सिब्बल भी सहमति रखते जरा एक हिस्सा सके हम यह कांग्रेस पार्टी में एक बड़ा संकट है भी कांग्रेस पार्टी ने
ਆਪਣੀ ਜਿਹੜੀ ਹੈਗੀ ਹਾਲਤ ਨੂੰ ਕਿੱਦਾਂ ਸੁਧਾਰਨ, ਆਪਾਂ ਇਹਦੂ ਪਹਿਲਾਂ ਜਦੋਂ ਕਾਂਗਰਸੀਆਂ ਦਾ ਚਿੰਤਨ ਸ਼ਿਵਰ ਹੋਇਆ ਸੀਗਾ, ਚਿੰਤਨ ਕੀਤਾ ਸੀ ਰਾਜਸਥਾਨ ਦੇ ਵਿੱਚ, ਤਾਂ ਉਦੋਂ ਵੀ ਇਸ ਵਿਸ਼ੇ ਉੱਤੇ ਗੱਲ ਕੀਤੀ ਸੀਗੀ ਕਿ ਚਿੰਤਨ ਚੁੰਤਨ ਤੋਂ ਬਾਅਦ ਦੀ ਗੱਲ ਆ, ਪਹਿਲਾਂ ਜਿਹੜੀ ਇੱਕ ਜ਼ਿੰਮੇਵਾਰੀ ਦੇ ਅਹਿਸਾਸ ਆ, ਜਿਹਨੇ ਅਸੀਂ ਉੱਪਰ ਵਾਲੀ ਲੀਡਰਸ਼ਿਪ ਜ਼ਿੰਮੇਵਾਰੀ ਨਹੀਂ ਲੈਂਦੀ, ਉਹਨਾਂ ਚ ਜ਼ਾਬਤਾ ਨਹੀਂ ਹੋਣਾ ਪਾਰਟੀ ਦੇ ਵਿੱਚ, ਉਹਨਾਂ ਜਿਹੜੀ ਜਿਹੜਾ ਥੱਲੇ ਵਾਲੀ ਲੀਡਰਸ਼ਿਪ ਦੀ ਜਿਹੜੀ ਸੂਬਾਈ ਲੀਡਰਸ਼ਿਪ ਦੀ ਜ਼ਿੰਮੇਵਾਰੀਆਂ ਨਹੀਂ ਲਏਗੀ। ਸੋ ਇਹ ਕਾਂਗਰਸ ਦਾ ਇੱਕ ਜਥੇਬੰਦਕ ਸੰਕਟ ਆ, ਜਿਹਦੇ ਰਾਹੀਂ ਅਸੀਂ ਦੇਖ ਰਹੇ ਹਾਂ ਕਿ ਵੱਡੇ ਵੱਡੇ ਜਿਹੜੇ ਕਦਾਵਰ ਆਗੂ ਨੇ ਉਹ ਕਾਂਗਰਸ ਨੂੰ ਛੱਡ ਰਹੇ ਨੇ। ਬਿਲਕੁਲ ਜੀ, ਵੈਸੇ ਜੇ ਆਪਾਂ ਦੇਖੀਏ ਤਾਂ ਹੋਰ ਵੀ ਬਹੁਤ ਸਾਰੇ ਆਗੂ ਨੇ ਨਾਰਾਜ਼ ਵੀ ਚੱਲ ਰਹੇ ਨੇ, ਅਤੇ ਬਾਕੀ ਜੇ ਸੂਬਾ ਪੱਧਰ ਦੇ ਉੱਤੇ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਆਪਾਂ ਸੁਨੀਲ ਜਾਖੜ ਦੀ ਵੀ ਉਦਾਹਰਣ ਬਹੁਤ ਵੱਡੀ ਹੈ। ਸੋ ਇਸ ਪ੍ਰਕਾਰ ਆਪਾਂ ਜੇ ਕਾਂਗਰਸ ਦਾ ਭਵਿੱਖ ਦੀ ਗੱਲ ਕਰੀਏ ਤਾਂ ਕਿਵੇਂ ਦਾ ਭਵਿੱਖ ਦੇਖ ਪਾ ਰਹੇ ਹੋ? ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਿਤੇ ਆਪਣੀ ਕਿਸੇ ਰਾਜ ਦੇ ਵਿੱਚ ਸਰਕਾਰ ਵੀ ਬਣਾ ਸਕੇਗੀ, ਜਾਂ ਕੁਛ ਹੋਰ ਇੱਦਾਂ ਦੀ ਕੋਈ ਗਤੀਵਿਧੀ, ਕੋਈ ਵੱਡੀ ਕਾਮਯਾਬੀ ਕਾਂਗਰਸ ਨੂੰ ਮਿਲ ਸਕਦੀ ਹੈ ਕਿ? ਸਿਆਸਤ ਵਿੱਚ ਨਾ ਕਈ ਵਾਰ ਇੱਕ ਦੋ ਘਟਨਾਵਾਂ ਵਾਪਰਦੀਆਂ, ਉਸ ਕਰਕੇ ਕਹਿਣਾ ਮੁਸ਼ਕਿਲ ਹੁੰਦਾ। ਤਾਂ ਹਾਲ ਦੀ ਘੜੀ ਜੇ ਆਪਾਂ ਕਾਂਗਰਸ ਦਾ ਹਾਲ ਦੇਖੀਏ, ਕਾਂਗਰਸ ਬਹੁਤ ਰਸਾਤਲ ਵੱਲ ਜਾ ਰਹੀ ਹੈ, ਕਾਫੀ ਥੱਲੇ ਨਿਵਾਣਾ ਵੱਲ ਹੋ ਰਹੀ ਹੈ। ਉੱਥੇ ਲੱਗਦਾ ਵੀ ਕਾਂਗਰਸ ਦੀ ਜਿਹੜੀ ਬੇੜੀ ਪਾਰ ਹੁੰਦੀ ਲੱਗਦੀ ਰਹੀ, ਬਲਕਿ ਕਾਂਗਰਸ ਦੀ ਬੇੜੀ ਦੇ ਵਿੱਚ ਵੱਟੇ ਉਹਦੇ ਆਪਣੇ ਹੀ ਪਾ ਰਹੇ ਹੈਗੇ ਨੇ। ਕਾਂਗਰਸ ਪਾਰਟੀ ਕੋਲ ਇੱਕ ਵਧੀਆ ਜਿਹੜੀ ਲੀਡਰਸ਼ਿਪ ਹੈ, ਜ਼ਿੰਮੇਵਾਰੀ ਦਾ ਅਹਿਸਾਸ ਕਰਨ ਕਰਵਾਉਣ ਵਾਲੀ ਲੀਡਰਸ਼ਿਪ ਆ, ਉਹਦੀ ਘਾਟ ਹੈ, ਤੇ ਉਹ ਘਾਟ ਜਿਹੜੀ ਹੈਗੀ ਆ ਸਾਨੂੰ ਲਗਾਤਾਰ ਦਿਖਾਈ ਦੇ ਰਹੀ ਹੈ। ਬਿਲਕੁਲ ਜੀ, ਸੋ ਕਾਂਗਰਸ ਪਾਰਟੀ ਕੋਲ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਵੀ ਕਮੀ ਆ ਰਹੀ ਹੈ, ਅਤੇ ਬਾਕੀ ਸਾਰੇ ਮੁੱਦਿਆਂ ਕਰਕੇ ਵੀ ਜਿਹੜੇ ਕਾਂਗਰਸ ਲਗਾਤਾਰ ਪਛੜ ਰਹੀ ਹੈ, ਜਿਸ ਕਰਕੇ ਦੇਸ਼ ਨੂੰ ਇੱਕ ਮਜ਼ਬੂਤ ਓਪੋਜੀਸ਼ਨ ਦੀ ਵੀ ਕਮੀ ਲਗਾਤਾਰ ਜਿਹੜੀ ਹੈ ਉਹ ਖਲ ਰਹੀ ਹੈ, ਕਿਉਂਕਿ ਵਧੀਆ ਲੋਕਤੰਤਰ ਦੇ ਲਈ ਓਪੋਜੀਸ਼ਨ ਦਾ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਇਸ ਤੋਂ ਇਲਾਵਾ ਅਦਾਲਤਾਂ ਵੈਸੇ ਤਾਂ ਸਾਨੂੰ ਅਕਸਰ ਨਿਰਾਸ਼ ਕਰ ਦਿੰਦੀਆਂ ਨੇ ਜੀ, ਜਾਂ ਫਿਰ ਫੈਸਲੇ ਕਈ ਲੇਟ ਹੁੰਦੇ ਨੇ, ਪਰ ਕਈ ਵਾਰੀ ਇੱਦਾਂ ਦੇ ਫੈਸਲੇ ਵੀ ਆ ਜਾਂਦੇ ਆ ਜਿਹੜੇ ਸਾਨੂੰ ਬੜੇ ਹੈਰਾਨ ਵੀ ਕਰ ਦਿੰਦੇ ਆ, ਅਤੇ ਸਾਨੂੰ ਇੱਦਾਂ ਵੀ ਲੱਗਦਾ ਕਿ ਇਸ ਚੀਜ਼ ਦੀ ਬਹੁਤ ਜ਼ਰੂਰਤ ਸੀ, ਅਤੇ ਇੱਦਾਂ ਦਾ ਜਿਹੜਾ ਫੈਸਲਾ ਹੁਣ ਇੱਕ ਵਾਰ ਫਿਰ ਤੋਂ ਆਇਆ, ਅਤੇ ਜਿਹੜੀ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਵੇਸ਼ਵਾਵਾਂ ਬਾਰੇ ਇੱਕ ਫੈਸਲਾ ਦਿੱਤਾ ਗਿਆ ਕਿ ਉਹ ਵੀ ਇੱਜ਼ਤ ਦੀਆਂ ਹੱਕਦਾਰ ਨੇ, ਸੋ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜੀ? ਸੁਪਰੀਮ ਕੋਰਟ ਨੇ ਕਿਹਾ ਕਿ ਪੁਲਿਸ ਬਾਲਗ ਅਤੇ ਸਹਿਮਤੀ ਦੇ ਨਾਲ ਜਿਹੜਾ ਵੇਸ਼ਵਾ ਵਜੋਂ ਕੰਮ ਕਰਨ ਵਾਲੇ ਆ ਸੈਕਸ ਵਰਕਰਸ ਨੇ, ਉਹਨਾਂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਨਾ ਕਰੇ। ਇੱਕ ਅਹਿਮ ਹੁਕਮ ਦੇ ਤਹਿਤ ਵੇਸ਼ਵਾ ਕੰਪਨੀ ਨੂੰ ਕਿੱਤੇ ਵਜੋਂ ਮਾਨਤਾ ਦਿੱਤੀ ਹੈ, ਤੇ ਸਰਵਉੱਚ ਅਦਾਲਤ ਨੇ ਕਿਹਾ ਕਿ ਸੈਕਸ ਵਰਕਰਸ ਨੂੰ ਵੀ ਜਿਹੜਾ ਸਨਮਾਨ ਤੇ ਬਰਾਬਰੀ ਦਾ ਹੱਕ ਹੈ। ਅਦਾਲਤ ਦਾ ਕਹਿਣਾ ਹੈਗਾ ਕਿ ਬਾਲਗ ਤੇ ਸਹਿਮਤੀ ਦੇ ਨਾਲ ਧੰਦਾ ਕਰ ਰਹੀਆਂ ਨੇ ਸੈਕਸ ਵਰਕਰਸ, ਤੇ ਉਹਨਾਂ ਦੇ ਖਿਲਾਫ਼ ਤੁਸੀਂ ਪੁਲਿਸ ਅਪਰਾਧਿਕ ਕਾਰਵਾਈ ਨਾ ਕਰੇ, ਕਿਉਂਕਿ ਅਦਾਲਤ ਦਾ ਇੱਕ ਅਹਿਮ ਹੁਕਮ ਜਿਹੜਾ ਸੈਕਸ ਵਰਕਰਸ ਦੀ ਭਲਾਈ ਲਈ ਬਣਾਏ ਗਏ ਇੱਕ ਪੈਨਲ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ ਸੰਬੰਧੀ ਕੇਸ ਦੀ ਸੁਣਵਾਈ ਦੌਰਾਨ ਹੋਇਆ, ਤੇ ਸੈਕਸ ਵਰਕਰਾਂ ਨੂੰ ਸਨਮਾਨ ਦਾ ਹੱਕ ਹੈ। ਆਮ ਤੌਰ ਤੇ ਦੇਖੋ ਜਿਹੜੇ ਨਾ ਬਹੁਤੇ ਇੱਕ ਮੁਲਕ ਹੁੰਦੇ ਨੇ ਪਿਛਾਂ ਖਿੱਚੂ ਮੁਲਕ ਨੇ, ਮਤਲਬ ਜਾਂ ਇੱਕ ਰੂੜੀਵਾਦੀ ਸੋਚ ਵਾਲੇ, ਉਹਨਾਂ ਵਿੱਚ ਸੈਕਸ ਵਰਕਰਸ ਦੇ ਪ੍ਰਤੀ ਜਿਹੜਾ ਰਵੱਈਆ ਹੈਗਾ ਉਹ ਇੱਕ ਕਾਫੀ ਭਾਂਜਵਾਦੀ ਰਿਹਾ ਹੈਗਾ, ਮਤਲਬ ਇੱਕ ਤਰ੍ਹਾਂ ਦਾ ਨਾ ਉਹਦੇ ਵਿੱਚ ਉਹਨਾਂ ਦਾ ਰਿਸਪੈਕਟ ਤੋਂ ਦੂਰ ਦੀ ਗੱਲ ਹੈਗੀ ਆ। ਹੁਣ ਦੇਖੋ ਇਹ ਜਿਹੜਾ ਜਿਵੇਂ ਆ ਦੇਸ਼ਤਾ ਕੰਪਨੀ ਵਗੈਰਾ ਹੈਗਾ, ਇਹ ਸਾਡੀ ਨਾ ਇੱਕ ਜਿਹਨੂੰ ਕਹਿੰਦੇ ਵੀ ਇੱਕ ਸਰਮਾਏਦਾਰੀ ਕਲਚਰ ਦੀ ਨਿਜ਼ਾਮ ਦੀ ਦੇਣ ਹੈਗੀ, ਜਿਹੜਾ ਇਹਦਾ ਮਤਲਬ ਇਹ ਵੀ ਨੀ ਕਿ ਤੁਸੀਂ ਤਰ੍ਹਾਂ ਜਿਹੜਾ ਹੈਗਾ ਇਹਨਾਂ ਨੂੰ ਇੱਕ ਦੋਵੇਂ ਦਰਜੇ ਦੇ ਜਾਂ ਤੀਜੇ ਦਰਜੇ ਦੇ ਚੌਥੇ ਦਰਜੇ ਦੇ ਨਾਗਰਿਕ ਵਜੋਂ ਦੇਖੋ, ਬਲਕਿ ਹੱਕ ਇਹ ਹੋਣਾ ਚਾਹੀਦਾ ਵੀ ਉਹ ਵੀ ਇੱਕ ਮੇਨ ਸਟ੍ਰੀਮ ਸਮਾਜ ਨੂੰ ਅਪਣਾਉਣ, ਉਹਨਾਂ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਨ, ਤੇ ਜੇ ਉਹ ਉਸ ਤਰ੍ਹਾਂ ਰਹਿੰਦੀਆਂ ਨੇ ਤਾਂ ਉੱਥੇ ਉਹ ਸਮਾਜ ਉਹਨਾਂ ਦੀ ਪ੍ਰੋਟੈਕਸ਼ਨ ਕਿੱਦਾਂ ਕਰ ਸਕਦਾ, ਮਤਲਬ ਸਟੇਟ ਉਹਨਾਂ ਨੂੰ ਮਤਲਬ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਿਹਤ ਸੰਬੰਧੀ ਕੰਮ ਕਰਨੇ ਜਾਂ ਹੋਰ ਇੱਕ ਤਾਂ ਸਮਾਜ ਦਾ ਜਿਹੜਾ ਨਜ਼ਰੀਆ ਉਹ ਡਿਵੈਲਪ ਕਰਨ ਦੀ ਲੋੜ ਹੁੰਦੀ ਹੈ। ਇਹ ਮੈਨੂੰ ਲੱਗਦਾ ਵੀ ਉਸ ਐਂਗਲ ਤੋਂ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇੱਕ ਆਰਾਮ ਵਾਲਾ ਫੈਸਲਾ। ਜੀ 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 ਬਿਲਕੁਲ ਜੀ, ਅਗਾਂਹ ਵਧੂ ਫੈਸਲਾ ਹੈ ਸੁਪਰੀਮ ਕੋਰਟ ਦਾ, ਅਤੇ ਇੱਕ ਹੋਰ ਫੈਸਲਾ ਵੀ ਅੱਜ ਆਇਆ ਹੈ ਜੀ, ਉਹ ਹੈ ਇਲਾਹਾਬਾਦ ਦੀ ਹਾਈ ਕੋਰਟ ਵੱਲੋਂ। ਦੇਸ਼ ਦੇ ਵਿੱਚ ਇੱਕ ਮੀਡੀਆ ਅਦਾਰਾ ਜਿਹੜਾ ਬੜਾ ਨਿਰਪੱਖ ਮੰਨਿਆ ਜਾਂਦਾ ਹੈ, ਅਤੇ ਸੋਸ਼ਲ ਮੀਡੀਆ ਦੇ ਰਾਹੀਂ ਮੂਲ ਰੂਪ ਦੇ ਵਿੱਚ ਉਹ ਚੱਲਦਾ ਵੀ ਹੈ, ਦਾ ਵਾਇਰ। ਸੋ ਦਾ ਵਾਇਰ ਬਾਰੇ ਫੈਸਲਾ ਆਇਆ ਜੀ, ਉਹਦੇ 'ਤੇ ਕੁਛ ਜਿਹੜੇ ਦੋਸ਼ ਲੱਗੇ ਸਨ ਉਹਨਾਂ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ, ਕਿਸਾਨ ਅੰਦੋਲਨ ਦੇ ਦੌਰਾਨ ਜੋ ਲੱਗਿਆ ਸੀਗਾ। ਸੋ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਜੀ? ਅਸਲ ਚ ਇਹ ਨਾ ਯੂਪੀ ਦੀ ਸਰਕਾਰ ਨੇ ਮਤਲਬ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਪੱਤਰਕਾਰਾਂ ਦੇ ਖਿਲਾਫ਼, ਬਹੁਤ ਸਾਰੇ ਮੀਡੀਆ ਅਦਾਰਿਆਂ ਦੇ ਖਿਲਾਫ਼ ਕੇਸ ਦਰਜ ਕੀਤੇ ਸੀ,
यूपी सरकार की मतलब देखो कि सडिशन का मामला दर्ज करता बीजेपी का जिसे जिसे दाह चलता उठे वो चलाया उन्हें हूँ। इलाहाबाद हाई कोर्ट ने द वायर के संपादक सिद्धार्थ बद राजन रिपोर्टर किस्मत आरा के खिलाफ पिछले 26 जनवरी 2021 नवी दिल्ली के खेती कानूनों के खिलाफ अंदोलन के दौरान जो एक प्रदर्शनकारी की मौत हुई थी उसकी रिपोर्टिंग को लेकर उत्तर प्रदेश पुलिस के द्वारा मामला दर्ज किया गया सी कहा गया सीगा भी यह भड़काऊ रिपोर्टिंग हो रही है फलाना ढींगरा। लेकिन हुण इहदे विच अदालत दा कहना कि इहदे विच कोई इहो जी गलबात नहीं हैगी, असल विच सिर्फ एक रिपोर्टिंग रिपोर्ट है इहदे विच भड़काऊ वाली कोई गल नहीं है, तो इनफॉर्मेशन दित्ती जा रही है भी इहदे विच तुसीं कोई इहो जी चीज़ है ही नहीं हैगी। सो लाइव लॉ ने भी यही दस्सिया कि अदालत ने जिहड़ा हैगा इस रिपोर्ट दे विच केवल पीड़ित परिवार ने जो कथन में शामिल किया है तो यह कोई समगरी नहीं जिन जिन्होंने उकसावा या भड़काऊ मनिया जाए। जी 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 यूपी पुलिस की तो तुसी गल करती हुई है तो यूपी पुलिस के दबा के चलते एक माँ बेटी वालों जी है वो उन्होंने भी मौत हो गई है, सो उन्हों की मौत का की कारण बने जी? यूपी के जस्टिस होंगे है कि जिम्मे आप पहली खबर भी दी है ये ना उथे की सरकार है जी हुकूमत है तो पुलिस राही बहुत सारे पुठे सीधे अपने काम करवा है तो पुलिस एक तरह का तुत्तू बन के काम भी करती है ये कई जगह के उत्ते काम करती करती आम नागरिकों के जो डेमोक्रेटिक राइट्स ने जो लोकतंत्री अधिकार है उन्होंने भी कुचलती है उन्होंने माड़ा बर्ताव हों घट गिनती दलितों के मामले में तो बहुत ज्यादा हों। इस तरह ही एक व्यक्ति गिरफ्तार किया गया किसी मामले के पुलिस ने दबाव पाने लिए जाने कह लो कि उस व्यक्ति के को जोड़ा है वा यह मना कि हाँ वह दोषी है उसके परिवार वाले तंग करना शुरू किया परिवार में माँ भैन धमकिया देनिया शुरू की धमकिया तो डर के जंग आके मावा धिया ने जहर निकल लिया तो हम खबर आई हैगी है कि उन्होंने दोवे की मौत हो गई है। जी बड़ी ही मनभागी खबर है जी जी बिल्कुल ते पां बाकी हुण पंजाब दे हालातां बारे भी थोड़ी बहुत गल कर लईए जी क्योंकि पंजाब दे विच भी बहुत कुछ होया हैगा पिछले दिन ही खास करके सेहत मंत्री दे मामले तो बाद लगातार वख-वख मामले जिहड़े ने उह तारां होर भी जुड़े जा रहियां ने ते काफ़ी खबरां होर भी आ रहियां। सो पंजाब दी सियासत बारे की कहना चाहोगे जी जो मौजूदा हालात चल रहे ने पंजाब दे विच तुसीं देखोगे हाल दी घड़ी तां सेहत मंत्री साबका सेहत मंत्री जी हम साबका हो चुके ने बिल्कुल समस्यावां वध चुकियां ने क्योंकि उन्होंने खिलाफ जेडे उन्होंने अपने समय विच 60 तो वध टेंडर फाइलां ने उन्होंने छानबीन शुरू होगी ते इहदे नाल ही हुण सवाल यह भी उठन लगे ने मौजूदा हुकूमत की सिर्फ एक मंत्री का तो चलो मामला आ गया लेकिन जी अजे तक आडियो क्लिप नहीं आया उसके बारे सवाल उठ रहे हैं क्योंकि इस तरह की कार्रवाई है जी तो केजरीवाल ने भी 2015 अपने एक मंत्री दी मैसेज दसदी देखो जी अपने को नहीं बख्शते पर आडियो क्लिप उदों भी तक तो सामने नहीं आया हूँ आए मामले यही है बहुत सारे लोग कह रहे हैं कि दोबारे उस तरह दोहराया जा रहा है तो कि नहीं है भी यदा फायदा जो है भी होर इलेक्शन लैन की कोशिश हो गए खैर साढ़े को जिस तरह की जी व्यक्तिगत जानकारी भी आई है वो मुख्यमंत्री से भी आई थी जिम्मे आप पिछले सैगमेंट में भी दसिया लेकिन उनके वे सवाल ने जिमें कि कई सारे मंत्री बहुत सारे जे एम एल ए उन्होंने उत्ते भी दोष लगते हैं उन्होंने बारे सरकार का की स्टैंड होगा। बाकी यह भी खबर आ रही ने कि पिछले मुख्यमंत्री ने भी किया गया भी ठीक है भाई तुम कहने से दोष लाने रहे हो कैप्टन अमरिंदर सिंह अपनी कुर्सी तो उतरन के बाद कांग्रेस में बहुत भ्रिष्ट मंत्री है जो भ्रिष्ट मंत्री ने उन्होंने भ्रिष्ट मंत्रियों की एक लिस्ट जारी करो तो करके जोड़ा है वो लिस्ट जारी करके सू जो दसा जाए तो हूँ इस उत्ते भी चर्चा शुरू हो चुकी हैगी है। दूजे बन्ने हूँ खबर यह भी आ रही है कि छेती कांग्रेस पार्टी के भी जोड़े है बहुत सारे एम एल ए उत्ते इस तरह की गाज दिख सकती है। वड्डा मसला जोड़ा यही है भी जो भ्रिष्टाचार का मामला ना वो जड़ा जुड़िया हुई है थोड़े सिस्टम न उस सिस्टम के नाल जो ये मौजूदा हुकूमत जो सची मुची भ्रिष्टाचार विरुद्ध लड़न की इच्छा रखती है तो उस सिस्टम वाल किवें लड़ाई जी लड़ी जाऊगी क्योंकि देखो इस सिस्टम के बहुत बड़े कारपोरेट घराने जे कि सिस्टम का करप्शन का जो मेन हिस्सा होंगे ने उन्होंने टिकटों नवाजते हो
ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਦੇ ਹੋ ਤੇ ਉਹਨਾਂ ਦੇ ਕੋਲੋਂ ਫੰਡ ਲੈਂਦੇ ਹੋ, ਉਹ ਫੰਡ ਆਪਣੇ ਆਪ ਦੀ ਕਰਪਸ਼ਨ ਹੈਗੀ ਆ। ਤੇ ਇੱਥੋਂ ਤੱਕ ਤੁਹਾਡੇ ਅੱਗੇ ਪਿੱਛੇ ਪਹਿਲਾਂ ਵੀ ਪਿੱਛੇ ਦੋਸ਼ ਲੱਗ ਰਹੇ ਆ ਵੀ ਟਿਕਟਾਂ ਵੰਡੀਆਂ ਗਈਆਂ ਜਾਂ ਫਲਾਨਾ ਹੋਈਆਂ, ਉਹ ਤਮਾਮ ਸਵਾਲ ਨੇ ਜੇ ਤੁਸੀਂ ਕਰਪਸ਼ਨ ਦੀ ਜੰਗ ਲੜਦੇ ਹੋ ਉਹ ਜਿਹੜੇ ਤੁਹਾਡੇ ਵੱਲ ਉੱਠਦੇ ਹੋਏ ਸਵਾਲ ਨੇ ਨਾ ਉਹਨਾਂ ਦੇ ਜਵਾਬ ਦੇਣੇ ਲਾਜ਼ਮ ਹੋ ਜਾਂਦੇ। ਜੀ 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 ਬਿਲਕੁਲ ਜੀ। ਸੋ ਇਹ ਸਨ ਅੱਜ ਦੀਆਂ ਬਹੁਤ ਹੀ ਪ੍ਰਮੁੱਖ ਖਬਰਾਂ ਅਤੇ ਇਹਨਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਸ਼ਿਵਿੰਦਰ ਜੀ। ਸੋ ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਜੀ ਜੀ। ਸੋ ਪਿਆਰੇ ਸਰੋਤੇ ਇਹ ਸਨ ਸ਼ਿਵਿੰਦਰ ਜੀ ਜਿਹੜੇ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਖਬਰਾਂ ਬਾਰੇ ਦੱਸਿਆ ਅਤੇ ਇਸ ਨਾਲ ਹੀ ਹੁਣ ਵਿਹਲਾ ਹੋ ਗਿਆ ਜੀ। ਅੱਜ ਫਿਰ ਇੱਕ ਵਾਰ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪ੍ਰੋਗਰਾਮ ਸ਼ਮਾਦਾਨ ਨੂੰ ਅੱਜ ਅਸੀਂ ਇੱਥੇ ਹੀ ਕਰਾਂਗੇ ਸਮਾਪਤ। ਅਤੇ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਅਸੀਂ ਹੋਰ ਜਿਹੜੀਆਂ ਚਰਚਾਵਾਂ ਨੇ ਅਤੇ ਵੱਖ ਵੱਖ ਵਿਸ਼ੇ ਜਿਹੜੇ ਉਹਨਾਂ ਦੇ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਰਿਹਾ ਕਰੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਹੜਾ ਪ੍ਰੋਗਰਾਮ ਦੀ ਲੈਂਥ ਹੈ ਉਹ 2 ਘੰਟੇ ਤੱਕ ਵੀ ਚੱਲੀ ਜਾਵੇ। ਇਸ ਦੀ ਵੀ ਪੂਰੀ ਕੋਸ਼ਿਸ਼ ਸਾਡੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੈਂ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਸਾਡੇ ਤੁਹਾਡੇ ਸਾਰਿਆਂ ਦੇ ਜਿਹੜੇ ਪਸੰਦੀਦਾ ਜਿਹੜੇ ਐਂਕਰ ਨੇ ਇਸ ਪ੍ਰੋਗਰਾਮ ਦੇ ਸੁਰਨ ਸਿੰਘ ਦਾਨੇਵਾਲੇ ਜੀ, ਉਹ ਅਮਰੀਕਾ ਦੀ ਧਰਤੀ ਦੇ ਉੱਤੇ ਅੱਜ ਕੱਲ੍ਹ ਪਹੁੰਚੇ ਹੋਏ ਨੇ ਅਤੇ ਉਹ ਅਮਰੀਕਾ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰ ਰਹੇ ਨੇ, ਦੋਸਤਾਂ ਮਿੱਤਰਾਂ ਨੂੰ ਮਿਲ ਰਹੇ ਨੇ, ਉੱਥੇ ਹੀ ਵੱਖ ਵੱਖ ਜਿਹੜਾ ਹੈ ਮੁੱਦਿਆਂ ਨੂੰ ਲੈ ਕੇ ਗੱਲਬਾਤ ਵੀ ਜਿਹੜੀ ਹੈ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ। ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਵੱਲੋਂ ਜਾਣੀ ਕਿ ਜਸਪ੍ਰੀਤ ਸਿੰਘ ਵੱਲੋਂ ਲਗਾਤਾਰ ਇਹ ਪ੍ਰੋਗਰਾਮ ਸ਼ਮਾਦਾਨ ਕੀਤਾ ਜਾ ਰਿਹਾ ਹੈ ਪੇਸ਼, ਅਤੇ ਆਪਣਾ ਸਾਥ ਇਸੇ ਪ੍ਰਕਾਰ ਬਣਿਆ ਰਹੇਗਾ ਜੀ। ਅਤੇ ਅੱਜ ਫਿਰ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਪ੍ਰੋਗਰਾਮ ਸ਼ਮਾਦਾਨ ਨੂੰ ਮੈਂ ਇੱਥੇ ਹੀ ਸਮਾਪਤ ਕਰਨਾ ਚਾਹੂੰਗਾ। ਅੱਜ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ, ਖਬਰਾਂ ਸਾਡੀਆਂ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੁੜ ਤੋਂ ਜਿਹੜਾ ਹੈ ਲਾਈਵ ਕਾਲਿੰਗ ਜਿਹੜੀ ਆ ਉਹ ਵੀ ਸ਼ੁਰੂ ਕਰ ਦਿਆਂਗੇ, ਤਾਂ ਕਿ ਵੱਧ ਤੋਂ ਵੱਧ ਤੁਸੀਂ ਜਿਹੜੇ ਆਪਣੇ ਸਵਾਲ ਹੈ ਉਹ ਵੀ ਸਾਡੇ ਜਿਹੜੇ ਮਾਹਿਰ ਹੁੰਦੇ ਨੇ ਵੱਖ ਵੱਖ ਮਾਹਿਰ ਪ੍ਰੋਗਰਾਮ ਦੇ ਦੌਰਾਨ ਜਿਹੜੇ ਪੇਸ਼ ਹੁੰਦੇ ਨੇ ਉਹਨਾਂ ਦੇ ਅੱਗੇ ਤੁਸੀਂ ਆਪਣਾ ਸਿੱਧੇ ਤੌਰ ਉੱਤੇ ਸਵਾਲ ਰੱਖ ਸਕੋ, ਇਸ ਦੀ ਵੀ ਸਾਡੀ ਪੂਰੀ ਕੋਸ਼ਿਸ਼ ਰਹੇਗੀ। ਫਿਲਹਾਲ ਮੈਨੂੰ ਜਸਪ੍ਰੀਤ ਸਿੰਘ ਨੂੰ ਦਿਓ ਜੀ ਇਜਾਜ਼ਤ, ਰੱਬ ਰੱਖਾ, ਆਪਣਾ ਰੱਖੋ ਖਿਆਲ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।